ਦਾ ਨਾਂ ਤਾਂ ਮਨਕੌਰ ਹੈ ਜੀ ਅਤੇ ਮੇਰੀ ਉਮਰ 84 ਮਤਲਬ 85 ਦੇ ਕਰੀਬ ਹੈ ਪਰ ਟੀਕਾ ਲੱਗਾ ਬੜਾ ਆਰਾਮ ਮਿਲਿਆ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਅੱਗੇ ਵੀ 2 ਲਗਵਾ ਚੁੱਕੇ ਤੀਸਰਾ ਹੁਣ ਲਗਵਾਇਆ ਜਿਸ ਤਰ੍ਹਾਂ ਮੈਸੇਜ ਆਇਆ ਉਸੇ ਤਰ੍ਹਾਂ ਹੀ ਬੇਟਾ ਲੈ ਕੇ ਆ ਗਿਆ ਅਤੇ ਮੈਂ ਟੀਕਾ ਲਗਵਾ ਗਿਆ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਹਾਂ ਦਿਲ ਲਗਵਾਓ ਜੀ ਜ਼ਰੂਰ ਲਗਵਾਉਣਾ ਚਾਹੀਦਾ ਆਪਣੀ ਸੇਫਟੀ ਵਾਸਤੇ ਚਾਹੀਦਾ ਆਪਣੀ ਸੇਫਟੀ ਵਾਸਤੇ ਸਾਰਿਆਂ ਨੂੰ ਚਾਹੀਦਾ ਇਸ ਨੂੰ ਗਰਮੀ ਨਹੀਂ ਕਰਨੀ ਚਾਹੀਦੀ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹਾਂਜੀ ਥੈਂਕ ਯੂ ਗੌਰਮੈਂਟ ਜਿਨ੍ਹਾਂ ਨੇ ਸਾਨੂੰ ਇਹ ਦਿੱਤੀ ਇਹ ਚੀਜ਼ ਕਿ ਮੈਂ ਲਗਵਾਓ ਸੋ ਉਹਨਾਂ ਦਾ ਥੈਂਕ ਯੂ ਬਹੁਤ ਸਾਰਾ ਜੀ ਭਾਅ ਜੀ ਤੁਸੀਂ ਆਪਣੇ ਬੂਸਟਰ ਡੋਜ਼ ਲਾਈ ਅੱਜ ਹਾਂਜੀ ਅੱਛਾ ਫਿਰ ਯੂ ਗੈਟ ਦਾ ਮੈਸੇਜ ਉਹ ਕਿੱਦਾਂ ਕਿੰਨੇ ਕਿਹਾ ਸੀ ਹਾਂਜੀ ਕੱਲ੍ਹ ਸਵੇਰੇ ਮੈਨੂੰ ਮੈਸੇਜ ਆਇਆ ਆਈ ਰਿਸੀਵ ਮੈਸੇਜ ਫਰੋਮ ਦਾ ਕੋਵੈਕਸਿਨ ਜਿਹੜੀ ਆਫੀਸ਼ਲ ਸਾਈਟ ਹੈਗੀ ਹੈ ਰਿਸੀਵ ਦਾ ਮੈਸੇਜ ਅਤੇ ਅਕੋਰਡਿੰਗਲੀ ਮੈਂ ਅਤੇ ਮੇਰੇ ਮਦਰ ਸਾਡੇ ਦੋਵਾਂ ਦਾ ਵੀ ਜਿਹੜਾ ਸੀਗਾ ਉੱਥੇ ਮੈਸੇਜ ਸੀਗਾ ਸੋ ਕੱਲ੍ਹ ਮੈਂ ਸਕਰੋਲ ਕਰਦਾ ਰਿਹਾ ਕੱਲ੍ਹ ਮੈਨੂੰ ਐਪਰੋਪ੍ਰੀਏਟ ਜਗ੍ਹਾ ਨਹੀਂ ਮਿਲੀ ਅਤੇ ਅਰਲੀ ਮੋਰਨਿੰਗ ਆਈ ਅਗੇਨ ਟ੍ਰਾਈ ਅਤੇ ਮੈਂ ਸੈਕਟਰ 16 ਹੋਸਪਿਟਲ ਦਾ ਮਿਲ ਗਿਆ ਐਂਡ ਇਮੀਡੀਏਟਲੀ ਆਈ ਕਲਿੱਕ ਫੋਰ ਦਾ 1-2 PM ਸਲੋਟ ਮੈਂ ਇਹ ਕਹਿਣਾ ਚਾਹੂੰਗਾ ਕਿ ਹਮਾਰੇ ਬਚਾਵ ਕੇ ਲੀਏ ਇਹ ਤੀਸਰੀ ਡੋਜ਼ ਬਿਲਕੁਲ ਜ਼ਰੂਰੀ ਹੈ ਇਹ ਨਾ ਸਿਰਫ ਹਮਾਰੇ ਆਪਣੇ ਲੀਏ ਬਲਕਿ ਹਮਾਰੇ ਸਮਾਜ ਔਰ ਦੇਸ਼ ਕੇ ਲੀਏ ਵੀ ਜ਼ਰੂਰੀ ਹੈ ਜਿਤਨੇ ਲੋਕ ਪ੍ਰੋਟੈਕਟਿਡ ਹੋਣਗੇ ਵੋ ਕਮ ਫੈਲਾਏਂਗੇ ਔਰ ਇਸਸੇ ਹਮਾਰੇ ਸੰ ਜੋ ਸਾਧਨ ਹੈ ਉਸ ਪਰ ਅਸਰ ਪੜੇਗਾ ਇਸ ਲਈ ਹਮ ਸਭ ਕਾ ਬਚਾਵ ਕੇ ਲੀਏ ਹੀ ਨਹੀਂ ਬਲਕਿ ਹਮਾਰੀ ਇਹ ਡਿਊਟੀ ਹੈ ਕਿ ਜਲਦੀ ਸੇ ਜਲਦੀ ਇਹ ਡੋਜ਼ ਲਗਾਈ ਜਾਏ ਸਰਕਾਰ ਹਮਾਰੀ ਇਹ ਫ੍ਰੀ ਸੇਵਾਏਂ ਦੇ ਰਹੀ ਹੈ ਵੀ ਸ਼ੁੱਡ ਬੀ ਗ੍ਰੇਟਫੁਲ ਟੂ ਦੀ ਗੌਰਮੈਂਟ ਪਰ ਫਿਰ ਵੀ ਬਹੁਤ ਸੇ ਲੋਕ ਹੈ ਜੋ ਨਹੀਂ ਲਗਵਾ ਰਹੇ ਉਹ ਲਾਪਰਵਾਹੀ ਕਰ ਰਹੇ ਉਹਨੇ ਸਚੇਤ ਹੋਣਾ ਚਾਹੀਏ ਦੇ ਆਰ ਥ੍ਰੈਟ ਟੂ ਦੀ ਸੋਸਾਇਟੀ ਦੋਜ਼ ਹੂ ਆਰ ਨੋਟ ਗੈਟਿੰਗ ਦੀ ਵੈਕਸੀਨੇਸ਼ਨ ਇਟ ਇਜ਼ ਆਵਰ ਫੋਰ ਮੋਸਟ ਡਿਊਟੀ ਵੀ ਸ਼ੁੱਡ ਗੈਟ ਇਟ ਬੂਸਟਰ ਡੋਜ਼ ਲਗਵਾਉਣਾ ਬਹੁਤ ਜ਼ਰੂਰੀ ਥਾ ਕਿਉਂਕਿ ਹਮਾਰੇ ਪਰਸੋਂ ਨਾ ਅਮੈਰੀਕਨ ਅੰਬੈਸੀ ਮੇਂ ਇੰਟਰਵਿਊ ਹੈ ਵੀਜ਼ਾ ਕੇ ਲੀਏ ਤੋ ਇਸ ਲਈ ਹਮਨੇ ਆਪਣਾ ਆਜ ਬੂਸਟਰ ਡੋਜ਼ ਲਗਵਾਉਣੇ ਕੀ ਕੋਸ਼ਿਸ਼ ਕੀ ਹੈ ਤੋ ਲਗਾਏ ਜੇ ਹਮਾਰੇ ਪ੍ਰੋਟੈਕਸ਼ਨ ਕਰੇਗੀ ਔਰ ਵੈਸੇ ਵੀ ਹਮਾਰੇ ਔਰ ਲੋਕੋਂ ਕੋ ਕਿਆ ਰਾਏ ਦੇਣਾ ਚਾਹੀਏ ਔਰ ਲੋਕੋਂ ਕੋ ਕਹੇ ਜਲਦੀ ਸੇ ਜਲਦੀ ਲਗਵਾਏ ਤੋ ਤਾਂ ਕਿ ਜੋ ਮਹਾਮਾਰੀ ਜੋ ਹੈ ਬਹੁਤ ਫੈਲ ਰਹੀ ਹੈ ਇਸ ਲਈ ਆਪਣੀ ਪ੍ਰੋਟੈਕਸ਼ਨ ਕੇ ਲੀਏ ਆਪਣਾ ਜਲਦੀ ਸੇ ਜਲਦੀ ਬੂਸਟਰ ਡੋਜ਼ ਲਗਵਾਏ ਉਹ ਬਹੁਤ ਜ਼ਰੂਰੀ ਹੈ ਇਸ ਲਈ ਤੋ ਜੇ ਫੈਲ ਰਿਹਾ ਹੈ ਜਿਨ ਲੋਕੋਂ ਨੇ ਨਹੀਂ ਲਗਵਾਈ ਨਾ ਉਨ੍ਹੀਂ ਕੇ ਕਾਰਨ ਇਹ ਫੈਲ ਰਿਹਾ ਹੈ ਤੋ ਇਸ ਲਈ ਇਹ ਪਹਿਲੀ ਦੂਸਰੀ ਵੀ ਬਹੁਤ ਜ਼ਰੂਰੀ ਹੈ ਉਸਕੇ ਬਾਅਦ ਹੀ ਬੂਸਟਰ ਡੋਜ਼ ਲਗੇਗੀ ਕਰੋਨਾ ਕੇ ਜੋ ਬੜ੍ਹਤੇ ਕੇਸਿਸ ਕੋ ਦੇਖਤੇ ਹੋਏ ਹਮਾਰੇ ਗਵਰਨਮੈਂਟ ਆਫ ਇੰਡੀਆ ਨੇ ਜੋ ਹੈ ਪ੍ਰੀਕੋਸ਼ਨ ਡੋਜ਼ ਸਟਾਰਟ ਕੀ ਹੈ ਜੋ ਕਿ ਹਮਾਰੇ ਹੈਲਥ ਕੇਅਰ ਵਰਕਰਸ ਹਮਾਰੇ ਫਰੰਟ ਲਾਈਨ ਵਰਕਰਸ ਜਿਸ ਮੇਂ ਰੈਵਨਿਊ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨਗਰ ਨਿਗਮ ਡਿਪਾਰਟਮੈਂਟ ਇਸ ਔਰ ਪੰਚਾਇਤੀ ਰਾਜ ਸਾਰੇ ਆਤੇ ਹੈ ਔਰ ਸਾਥ ਹੀ 60+ ਵਿਦ ਕੋਮਾਰਬਿਡਿਟੀਜ਼ ਜੋ ਲੋਕ ਹੈ ਉਨਕੇ ਲਈ ਸਟਾਰਟ ਕੀ ਹੈ ਪ੍ਰੀਕੋਸ਼ਨ ਡੋਜ਼ ਇਹ ਉਨ੍ਹੀਂ ਲੋਕੋਂ ਕੋ ਲਗਾਈ ਜਾਏਗੀ ਜਿਨਕੋ ਜੋ ਹੈ ਸੈਕਿੰਡ ਡੋਜ਼ ਕੇ ਬਾਅਦ 9 ਮੰਥਸ ਹੋ ਚੁੱਕੇ ਹੈ 39 ਵੀਕਸ ਵੋ ਕੰਪਲੀਟ ਕਰ ਚੁੱਕੇ ਹੈ ਸੈਕਿੰਡ ਡੋਜ਼ ਕੇ ਬਾਅਦ ਕਿਤਨੇ ਸੈਂਟਰ ਹੈ ਕਰਨਾਲ ਮੇਂ ਕਰਨਾਲ ਮੇਂ ਹਮਾਰੇ ਸਭੀ CSCPSCs ਹਮਾਰਾ ਜੋ ਸਿਵਲ ਹਾਸਪਿਟਲ ਕਲਪਨਾ ਚਾਵਲਾ ਹਮਾਰਾ ਡੈਪਟੀ ਕਮਿਸ਼ਨਰ ਆਫਿਸ ਜੋ ਹੈ ਹੈਲਥ ਵਰਕਰਸ ਕੇ ਲਈ ਹਮਨੇ ਦੋ ਪ੍ਰਾਈਵੇਟ ਸੈਂਟਰਸ ਵੀ ਲੀਏ ਹੋਏ ਹੈ ਜਹਾਂ ਪੇ ਪਾਰਕ ਹੈ ਔਰ ਹਮਾਰਾ ਅਮ੍ਰਿਤਧਾਰਾ ਹੈ ਵਹਾਂ ਪੇ ਵੀ ਲੱਗ ਰਹਾ ਹੈ ਯੇ ਐਬਸੋਲਿਊਟਲੀ ਇਸੈਂਸ਼ੀਅਲ ਹੈ ਅਗਰ ਹਮ ਚਾਹਤੇ ਹੈ ਕਿ ਹਮਾਰੀ ਕੰਟਰੀ ਪ੍ਰੋਗਰੈਸ ਕਰੇ ਔਰ ਹਮਾਰੇ ਸਿਟੀਜ਼ਨਸ ਖੁਸ਼ ਰਹੇ ਕਰੋਨਾ ਫ੍ਰੀ ਰਹੇ ਤੋ ਯੇ ਆਪ ਇਸਕੋ ਮੈਂਡੇਟਰੀ ਮਾਨ ਕੇ ਚਲੋ ਬਹੁਤ ਇੰਪੋਰਟੈਂਟ ਹੈ ਜਲਦੀ ਕਰੋ ਉਠੋ ਔਰ ਵੈਕਸੀਨੇਸ਼ਨ ਲਗਵਾਓ ਦੇਰ ਇਜ਼ ਨੋ ਟਾਈਮ ਟੂ ਵੇਸਟ ਤੋ ਆਪਨੇ ਫਰੰਟ ਲਾਈਨ ਵਰਕਰਸ ਕੇ ਤੌਰ ਪਰ ਲਗਵਾਈ ਹਾਂਜੀ ਮੈਂ ਇੱਕ ਡਾਕਟਰ ਹੂੰ ਔਰ ਮੈਂ ਇਹ ਮੈਸੇਜ ਸਪਰੈਡ ਕਰਨਾ ਚਾਹੂੰਗੀ ਕਿ ਹਮਾਰੇ ਕੰਟਰੀ ਕੇ ਇੱਕ ਇੱਕ ਸਿਟੀਜ਼ਨ ਕੋ ਵੈਕਸੀਨੇਸ਼ਨ ਲਗਵਾ ਲੈਣੀ ਚਾਹੀਦੀ ਹੈ Thank you.
फिर।